ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦਾ ਆਪਣਾ ਕੁਸ਼ਚਨ ਹੈ ਮੈਟ੍ਰਿਕਸ ਦਾ। ਆਪਣੇ ਕੋਲ ਕੁਸ਼ਚਨ ਆ, ਇਫ 4 3 x 5 ਇਕੁਅਲਸ ਟੂ y 3 1 5 ਦੈਨ ਫਾਈਂਡ x² + y² ਆਪਾਂ ਨੇ ਆਹ ਕੱਢਣਾ ਹੈ। ਠੀਕ ਆ, ਆਪਣੇ ਕੋਲ ਆਹ ਚੀਜ਼ ਦਿੱਤੀ ਹੋਈ ਆ, ਆਹ ਕੱਢਣਾ ਹੈ। ਆਪਣਾ ਕੁਸ਼ਚਨ ਬਹੁਤ ਹੀ ਸੌਖਾ। ਆਪਣੇ ਕੋਲ ਮੈਟ੍ਰਿਕਸ ਆ 2x2 ਦਾ, 2x2। ਆਪਣਾ 4 ਕਿਹਦੇ ਇਕੁਅਲ ਆ? y ਦੇ ਇਕੁਅਲ। 4 ਕਿਹਦੇ ਇਕੁਅਲ ਆ? y। 3 ਕਿਹਦੇ ਇਕੁਅਲ ਆ? 3 ਦੇ। x ਕਿਹਦੇ ਇਕੁਅਲ ਆ? 1 ਦੇ। 5 ਕਿਹਦੇ ਇਕੁਅਲ ਆ? 5 ਦੇ। ਜਦੋਂ ਆਪਣਾ ਮੈਟ੍ਰਿਕਸ ਸੇਮ ਹੋਵੇ, 2x2 ਦਾ, 2x2 ਦਾ, 3x3 ਦਾ, ਆਪਣੇ ਕੋਲ ਜਿਹੜੀ ਇੱਥੇ ਪਹਿਲੀ ਵੈਲਿਊ ਹੈ ਉਹ ਪਹਿਲੀ ਵੈਲਿਊ ਦੇ ਬਰਾਬਰ ਹੋਏਗੀ। ਤਾਂ ਆਪਣੇ ਕੋਲ y ਦੀ ਵੈਲਿਊ ਆ ਗਈ 4, x ਦੀ ਵੈਲਿਊ ਆ ਗਈ 1। ਹੁਣ ਆਪਾਂ ਨੂੰ ਪੁੱਛਿਆ ਹੈ x² + y² ਦੱਸੋ ਕਿੰਨਾ ਹੋਏਗਾ। ਹਾਂਜੀ, x² + y² x² ਕਿੰਨਾ ਹੋ ਗਿਆ? 1 ਦਾ ਸਕੁਆਇਰ। y² ਕਿੰਨਾ ਹੋ ਗਿਆ? 4 ਦਾ ਸਕੁਆਇਰ। ਤਾਂ ਆਪਣਾ ਆ ਗਿਆ 1 + 16। ਤਾਂ ਆਪਣਾ ਆਨਸਰ ਆ ਗਿਆ 17। ਆਪਾਂ ਨੇ ਯਾਦ ਰੱਖਣਾ ਹੈ, ਜਦੋਂ ਆਪਣਾ ਮੈਟ੍ਰਿਕਸ ਸੇਮ ਹਾਂ, ਆਪਾਂ ਕੁਛ ਵੀ ਕਰ ਸਕਦੇ ਹਾਂ। ਧੰਨਵਾਦ।